ਬੜੇ ਘੈਂਟ ਤਰੀਕੇ ਦੇ ਨਾਲ ਉਹਨੂੰ ਸੈਲੀਬ੍ਰੇਟ ਕਰਾਂਗੇ ਤੇ ਸਭ ਤੋਂ ਪਹਿਲਾਂ ਅੱਜ ਤੇ ਆਪਾਂ ਸ਼ਾਪਿੰਗ ਕਰਨ ਚੱਲੇ ਆ ਹਨਾ ਤੇ ਚਲੀਏ ਜਾਣਾ ਕਿੱਦਾਂ ਵਾ ਆਪਾਂ ਇੰਨੇ ਜਣੇ ਚੱਲੇ ਆ ਸਾਰੇ ਕੱਢ ਲਾ ਗੱਡੀ ਸਾਡੀ ਬਾਹਰ ਲੱਗੀ ਨਾ ਕਾਕੇ ਸਾਨੂੰ ਪੈਦਲ ਜਾਣਾ ਪੈਂਦਾ ਗੱਡੀ ਸਾਡੇ ਗਲੀਆਂ ਚ ਨੀ ਆਉਂਦੀ ਇਸ ਕਰਕੇ ਆਪਾਂ ਬਾਹਰ ਲਾਈ ਆ ਸਾਨੂੰ ਉੱਥੇ ਤੱਕ ਜਾਣਾ ਪੈਣਾ ਪੈਦਲ ਆਵੇ ਖਾਣ ਪੀਣ ਨੂੰ ਵੀ ਦੱਸ ਚਲੋ ਠੀਕ ਆ ਫਿਰ ਉਹ ਵੀ ਗੱਲ ਸਹੀ ਆ ਮੈਨੂੰ ਵੀ ਦੇ ਦੀ ਫਿਰ ਜਲਦੀ ਜਲਦੀ ਆਓ ਲੇਟ ਹੋ ਗਏ ਜੇ ਹਾਂ ਲੇਟ ਹੋ ਗਏ ਜਲਦੀ ਜਲਦੀ ਆਓ ਆਓ ਦੋ ਪੈਕਟ ਦੱਸ ਇੰਨੇ ਜਾਣੇ ਤੇ ਦੋ ਪੈਕਟ ਲੈ ਚੱਲੀ ਜੀ ਫੇਰ ਦੋਨਾਂ ਨੇ ਖਾਣੇ ਦੋ ਪੈਕਟ ਐਵੇਂ ਦੋਨਾਂ ਨੇ ਖਾਣੇ ਹਾਂ ਦੀ ਗੱਡੀ ਆ ਚੁੱਕੀ ਆ ਦੇ ਸਕਦੇ ਹੋ ਤੇ ਕਾਕਾ ਹੋਣੀ ਤੇ ਪਾਪਾ ਹੋਣੀ ਅੱਗੇ ਬੈਠੇ ਆ ਤੇ ਆਪਾਂ ਪਿੱਛੇ ਬੈਠੇ ਆ ਬਸ ਆਪਾਂ ਪਹੁੰਚਣਾ ਵਾ ਥੋੜੀ ਦੇਰ ਪਹੁੰਚਣਾ ਸੀ ਇਹ ਤੇ ਟੋਏ ਬੜੇ ਸਾਡੇ ਮਤਲਬ ਕਿ ਮਹੱਲੇ 'ਚ ਟੋਏ ਬੜੇ ਆ ਅਕਲ ਵੀ ਹੱਸ ਪਏ ਆ ਸਫ਼ਰ ਬੜਾ ਵੱਡਾ ਤੇ ਹੁਣ ਖਾਣਾ ਪੀਣਾ ਸਟਾਰਟ ਵੀ ਹੋ ਗਏ ਆ ਹੈਨਾ ਖਾਣਾ ਨਹੀਂ ਨਹੀਂ ਖੋਲਾਂਗੇ ਤੇ ਖਾਵਾਂਗਾ ਇੱਦਾਂ ਖਾਲਾਂਗਾ ਪਹੁੰਚ ਗਏ ਫਾਈਨਲੀ ਆਪਾਂ ਪਹੁੰਚ ਗਏ ਆ ਤੇ ਆਪਾਂ ਆ ਗਏ ਆਈਡੀਆ ਚ ਮਾਰਕੀਟ ਤੇ ਪਾਪਾ ਨੇ ਪਾਪਾ ਪਿੱਛੇ ਰਹਿ ਗਏ ਆ ਉਹ ਨੇ ਪਾਪਾ ਥੋੜਾ ਆਪਣਾ ਸਮਾਨ ਲੈ ਰਹੇ ਆ ਬੁਟੀਕ ਦਾ ਅੱਛਾ ਤੇ ਚੱਲੀਏ ਫਿਰ ਆਪਾਂ ਫੁੱਲ ਸ਼ਾਪ ਕਿਹੜੀ ਆ ਦੇਖੀਏ ਚੱਲ ਚੱਲ ਕਾਕੇ ਅਲੱਗ ਅਲੱਗ ਕਹਿਤਾ ਮੈਂ ਆਪਾਂ ਹੀ ਕਰਾਏ ਆ ਹੋਰ ਕੀ ਲੈਣਾ ਅਲੱਗ ਅਲੱਗ ਕਲਰਸ ਕਰਾ ਹੋ ਗਏ ਆ ਹੋਰ ਕੀ ਪਿਚਕਾਰੀ ਰੰਗ ਨਿਕਲਦਾ ਮਤਲਬ ਕੀ ਅੱਗ ਲੱਗਦੀ ਨਾ ਇਹ ਆਹ ਪੀਤਾ ਹੈ ਜਿੱਦਾਂ ਖੋਲ ਕੇ ਪਾ ਲੱਗੂਗਾ ਆਹ ਕਰ ਦੋ ਦੋ ਕਰ ਦੋ ਹੋਰ ਵਧੀਆ ਕੀ ਨਾ ਓਕੇ ਰਿਪੋਰਟ ਆ ਰਹੀ ਚਲੋ ਆ ਵੀ ਕਰ ਦੋ ਕਿੰਨੀਆਂ ਦੋ ਪਿੰਕ ਤਿੰਨ ਤੇ ਕਾ ਔਰੇਂਜ ਔਰੇਂਜ ਇੱਕ ਹੋਰ ਦੇ ਦੋ ਇੱਕ ਕਲੋ ਇਹ ਵਾਲਾ ਚਾਰ ਕਲੋ ਹਾਂਜੀ ਕੀ ਵੇਖਣਾ ਹੁਣ ਨਾ ਇਹਦੇ ਦੱਸੋ ਨਾ ਉਹਨਾਂ ਨੂੰ ਗੁਬਾਰੇ ਵੀ ਲੈਣੇ ਆ ਆਹ ਚੀਜ਼ ਸੋਹਣੀ ਕਲਰ ਵਾਲਾ ਪਾਰਟੀ ਪੇਪਰ ਇੱਕ ਹੋਰ ਦੋ ਹੋਰ ਪਾਣੀ ਤੋਂ ਦੱਸ ਦਿਓ ਮੈਨੂੰ ਮਿਡ ਸਾਈਡ ਹੋ ਗਈ
ਤੇ ਹੁਣ ਸਿਲੰਡਰ ਲੈ ਲਈ ਪਿੰਕ ਕਲਰ ਦੇ ਲੈ ਲਿਆ ਹਾਂ ਪਿੰਕ ਲੈ ਲਿਆ ਤੇ ਇੱਕ ਔਰ ਆਗ ਨਾ ਪਿੰਕ ਪਾ ਨੱਪ ਕੇ ਹੋਣਾ ਹੈ ਹਾਂ ਨੱਪ ਕੇ ਜਿਵੇਂ ਬਸ ਲੋਗ ਮੈਨੂੰ ਲੱਗ ਹੀ ਸਮਝ ਪਰ ਵਨ ਟਾਈਮ ਯੂਜ਼ ਹੈ ਤੇ ਵਨ ਟਾਈਮ ਫੋਰ ਯੂਜ਼ ਹੈ ਤੇ ਇਸ ਤੋਂ 2 ਹੋਰ ਪੇ ਖਾਓ ਠੀਕ ਹੈ ਇਸ ਤੋਂ ਪਰ ਲੋ ਇਹ ਵੀ ਵਨ ਟਾਈਮ ਹੋਣਾ ਨਹੀਂ ਇਹ ਤੁਸੀਂ ਜਿੱਦਾਂ ਮਰਜ਼ੀ ਯੂਜ਼ ਕਰੋ ਇਹ ਕਿੰਨੇ ਕਿਲੋ ਦਾ ਹੈ ਨਾ ਇਹ 2 ਕਿਲੋ ਕਲਰ ਹੈਗਾ ਇਹ ਅੱਛਾ 2 ਕਿਲੋ ਹਾਂ ਬੜਾ ਜੀ ਇਹ ਕਿੰਨਾ ਇਹ 4 ਕਿਲੋ ਇਹ 4 ਕਿਲੋ ਠੀਕ ਹੈ ਇਸ ਤੋਂ ਬੜਾ ਚਾਹੀਦਾ ਉਹ ਵੀ ਮਿਲ ਜਾਏਗਾ बहुत प्रेशर होता है छोटे दो 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 ਦੀਵਾਲੀ ਵਾਲੇ ਨਾਲ ਹੋਲੀ ਵਾਲੇ ਨਾਲ ਤੇ ਇਹ ਦੱਬਾ ਹੀ ਪੂਰਾ ਹਾਂ ਦੋ ਪੀਸ ਹੈ ਯਾਰ ਵਾਲਾ ਮੈਂ ਨਾ ਕਿਹਾ ਦੇ 120 ਲੱਗ ਗਿਆ ਕੱਲ ਨੂੰ 125 ਇਹ ਵਾਲਾ ਕਿੰਨੇ ਦਾ ਹੈ ਇਹ ਦੱਬਾ ਇਹਨੂੰ ਅੱਗ ਲਾ ਮੈਂ ਅੱਗ ਲਾ ਦਾਂਗੇ ਅੱਗ ਤੇ ਟਾਈਮ ਬਲ ਲਾਗੇ ਬੜੇ ਦੋ ਦੋ ਬੋਤ दो बड़े ਬਾਕੀ ਘਰੋਂ ਲੱਗ ਲੈ ਲਾਂਗੇ ਫਿਰ ਬਾਬੂ ਉਹ ਦੇਖ ਲਈ ਇਹ ਤਾਂ ਪੀਕੋਕ ਹੈ ਫੋਗ ਵਾਲੀ ਏਰ ਮੰਗੀ ਬਸ ਇਹ ਪੀਕੋਕ ਮੈਂ ਸਾਰ ਲੈ ਲਿਆ ਉਹ ਚਲ ਖਾਈ ਹੂੰ ਮੁਰਗਾ ਹੀ ਮੁਰਗਾ ਹੈਗਾ ਮੁਰਗਾ ਲਿਖੋ ਉਹ ਵੀ ਅੰਦਰ ਆ ਜਾ ਦੇਖ ਤਾ ਠੀਕ ਹੋਰ ਬਸ ਹੋਰ ਕਰੰਸੀ ਨਹੀਂ ਚਾਹੀਦੀ ਨਹੀਂ ਪੈਸੇ ਕੀ ਕਰਨੇ ਪੈਸੇ ਤਾਂ ਤੁਹਾਨੂੰ ਦੇਣੇ ਹੁਣ ਕਿੰਦਰ ਡਾਲ ਇਹੋ ਜੇ ਹੋਣੇ ਮੁਰਗ ਬਸ ਭਾਜੀ ਠੀਕ ਹੈ ਕਲਰ ਵਿਖਾ ਦੇ ਕਰੀ मेनू नहीं आता बना मैं नहीं कर सकता नहीं पापा समान ले लिया वा चलो बहुत जो चाहिए दस दे नहीं नहीं बस बहुत दोनों
ਪਚਕਾਰੀ ਹੈਗੀ ਆ ਪਚਕਾਰੀ ਬਾਹਰੋਂ ਦੇਖੋ ਇੱਕ ਵਾਰੀ ਜਰਾ ਵਿਖਾ ਦੋ ਇੱਕ ਵਾਰੀ ਪਚਕਾਰੀਆਂ ਹੈਗੀਆਂ ਯਾਰ ਵੱਡੀਆਂ ਹੀ ਆ ਤੂੰ ਤੇ ਨਹੀਂ ਲੈਣਾ ਕੁਛ ਨਹੀਂ ਠੀਕ ਆ ਯਾਰ ਆ ਗੱਡੀ ਪਈ ਨੇ ਹਲੇ ਕਿਹੜਾ ਲੈਣਾ ਦੱਸ ਡਿਜ਼ਾਈਨ ਹਾਂ ਦੱਸ ਦੇ ਨਾ ਇੱਕ ਡੋਲ ਵਾਲਾ ਦਿੱਤਾ ਠੀਕ ਆ ਤੂੰ ਕਿਹੜਾ ਲੈਣਾ ਮੋਟੂ ਪਤਲੂ ਓਏ ਤੂੰ ਕਿਹੜਾ ਲੈਣਾ ਕਾਕੇ ਦਿਵਿਆ ਕਿਹੜੀ ਲੈਣੀ ਆ ਦੱਸ ਦੇ ਇੱਕ ਜਾ ਫੜ ਲਾ ਜਾ ਅੱਗੇ ਹੋ ਧਿਆਨ ਨਾਲ ਟੇਕਣਾ ਚਾਹੀਦਾ ਸਹੀ ਕੀ ਆ ਉਹਨੇ ਬਾਰ ਵੀ ਡੋਲ ਵਾਲੀ ਲੈਣੀ ਆ ਦੇ ਦੇ ਚੋਕਲਾ ਆਪੀ ਚੋਕਲਾ ਦੇਖ ਲਾ ਦਿਵਿਆ ਲੈ ਲੈ ਸਾਰੀ ਬਾਰ ਵੀ ਡੋਲ ਵਾਲੀ ये लेनी है चल तू दस कई लेनी अंजल ओ दे लग गया साफ कर रहे हैं अच्छा आई ले आ ली थी ये वाली सही है ये थोड़ी अड़ के चल दी स्मूथ नहीं है ओए मैं क्या भाई टोल भी नहीं मारी मुटी अड़ंदी है तो पानी पावेंगे अपन सही है ठीक है हां ठीक है फिर आ ही करते आ ठीक है हां जी आ दी होगी बस तू दिन लेनी मैं बाल्टी नहीं पानी पा देना सारे ठीक है ये साडा समान है सारा ते ओ पिचकारियां पिचकारियां ਇਹਨਾਂ ਨੂੰ ਫੜਾਓ ਤੁਹਾਡਾ ਸਮਾਨ ਨਹੀਂ ਜਾਗਾ ਹਲੋ ਸਾਡਾ ਸਮਾਨ ਫੇਰਦਾ ਜੀ ਨਾ ਸਮਾਨ ਸਾਰਾ ਹੋਰ ਹੁਣ ਬਣ ਰਿਹਾ ਬਿੱਲ ਬਰਿਆ ਨਹੀਂ ਮਿਲਦਾ ਨਹੀਂ ਕੱਲ੍ਹ ਨੂੰ ਪੱਕਾ ਰੰਗ ਲੈ ਜਾ लिफाफे एक लैके आया मैं एक लैके आया एक आई एक इंजल एक तुसी हो एक मैं हाँ गड्डी बारी है जानी लैन एक दो तीन चार चलो आवे खावे फल चलो चलिए थैंक यू भाई A few moments later. So finally ਆਪਾਂ ਘਰ ਆ ਚੁੱਕੇ ਹਾਂ ਤੇ ਆਪਾਂ ਇਹ ਸਾਰਾ ਸਮਾਨ ਲੈ ਕੇ ਆਏ ਆ ਤੇ ਆਪਾਂ ਤੁਹਾਨੂੰ ਸਾਰਾ ਸਮਾਨ ਦਿਖਾਉਂਦੇ ਆ ਠੀਕ ਹੈ ਸਭ ਤੋਂ ਪਹਿਲਾਂ ਹੈਗਾ ਸਮੋਕ ਫਾਊਂਟੇਨ ਜਿਵੇਂ ਦੀਵਾਲੀ ਤੇ ਆਪਾਂ ਅਨਾਰ ਨੂੰ ਅੱਗ ਲਾਈ ਦੀ ਤੇ ਨਾਲ ਸ਼ੂਮ ਕਰਕੇ ਚੱਲਦਾ ਵਾ ਤੇ ਉਹੀ ਹੈਗਾ ਸਮੋਕ ਫਾਊਂਟੇਨ ਇਹਦੇ ਵਿੱਚ ਸ਼ੂਮ ਕਰਕੇ ਰੰਗ ਨਿਕਲੂਗਾ ਸਮਝੋ ਦੀਵਾਲੀ ਵਾਲਾ ਅਨਾਰ ਆਏ ਤੇ ਇਹ ਤੇ ਦੋ ਡੱਬੇ ਆ ਇੱਕ ਆਪਾਂ ਲਿਆਏ ਆ ਪਿਕੋਕ ਵਾਲਾ ਇਹ ਵੀ ਉਹਦੇ ਨਾਲ ਚੱਲਦਾ ਹੈ ਫਾਇਰ ਅੱਗ ਦੇ ਨਾਲ ਹੈਨਾ ਇਹ ਪੀਕੋਕ ਬਣਿਆ ਹੋਇਆ ਵਾ ਤੇ ਬਾਕੀ ਜਦੋਂ ਤੁਸੀਂ ਸਾਡਾ ਹੋਲੀ ਵਾਲਾ ਵਲੌਗ ਵੇਖਣਾ ਤੁਸੀਂ ਸਾਰਾ ਸਮਾਨ ਵੇਖ ਲੈਣਾ ਕਿੱਦਾਂ ਕਿੱਦਾਂ ਚੱਲਦਾ ਤੇ ਇਹ ਜਵਾ ਮੁਰਗਾ ਇਹ ਵੀ ਉਹਦੀ ਵਾਂਗੀ ਹੈ ਪੀਕੋਕ ਵਾਂਗੀ ਤੇ ਇਹ ਹੈਗੀ ਹੈ ਮਲਟੀ ਕਲਰ ਫੋਗ ਇਹਦਾ ਕੀ ਹੁੰਦਾ ਭਲਾ ਇਹਦੇ ਨਾਲ ਮਤਲਬ ਕਿ ਇਹ ਹੁੰਦੀ ਆ ਜਿੱਦਾਂ ਕਿ ਰੰਗ ਛੱਡਦੀ ਨਹੀਂ ਹੈ ਜਿਹੜੀ ਡੱਬੀ ਵਾਂਗ ਹੁੰਦੀ ਆ ਅੱਛਾ ਡੱਬੀ ਵਾਂਗ ਉਹਨੇ ਰੰਗ ਛੱਡਣਾ ਆ ਮੇ ਕੋ ਬਣੀ ਦੀ ਹੋਈ ਆ ਫੋਟੋ ਹਾਂ ਬਸ ਹੈਨਾ ਇਦਾਂ ਹੀ ਆ ਇਹ ਵੀ ਦੋ ਡੱਬੇ ਹੀ ਪਿੰਕ ਲਿਆਏ ਸੀ ਇੱਕ ਹੋਰ ਲੈ ਗਏ ਸੀ ਔਰੇਂਜ ਔਰੇਂਜ ਨਹੀਂ ਗਏ ਇਹ ਥੋੜਾ ਸ਼ੇਡ ਨਾ ਉਹ ਪੈ ਜਾਂਦੀ ਆ ਪੀਚ ਹਾਂ ਪੀਚ ਟਾਈਪ ਭਈਆ ਵੇਖੋ ਆ ਦੋ ਪਚਕਾਰੀਆਂ ਲੈ ਗਏ ਦੋਨੋਂ ਵਾਸਤੇ ਆ ਮੇਰੀ ਹੈ ਪਿੰਕ ਉਹਦੀ ਆ ਤੇ ਨੀਲੀ ਇਹਦੀ ਆ ਹਾਂ ਉਹ ਮੁਰਗਾ ਇੱਕ ਹੋਰ ਹੈਗਾ ਜੀ ਅੱਛਾ ਤੇ ਇਹ ਹੈਗੇ ਬੈਲੂਨਸ ਜਿਹੜੇ ਭਰ ਭਰ ਕੇ ਮਾਰਨੇ ਆ ਸਾਰਿਆਂ ਨੂੰ ਦੋ ਇਹ ਫਿਰ ਕਲਰ ਹੀ ਆ ਇਹ ਦੂਸਰਾ ਕਲਰ ਆ ਔਰਗੈਨਿਕ ਵਾਲਾ ਨਹੀਂ ਆ ਚਾਰ ਹੈਗੇ ਆ ਅਲੱਗ ਅਲੱਗ ਔਰੇਂਜ ਕਲਰ ਦਾ ਆਪਾਂ ਲੈ ਕੇ ਆਏ ਸੀਗੇ ਤੇ ਹੋਰ ਕੀ ਰਹਿ ਗਿਆ ਸਿਲੰਡਰ ਇਹ ਹੈਗਾ ਸਿਲੰਡਰ ਪਰ ਬੜਿਆ ਯਾਰ ਆਏ ਖੋਲੀ ਯਾਰ
ਦੰਦ ਨਾ ਖੋਲ ਲਾਂ ਇਹ ਵੀ ਉਹ ਜੀ ਆ ਮੇਰੇ ਵਰਗੀ ਜੇ ਚਿਪਸ ਦਾ ਪੈਕਟ ਹੋਵੇ ਨਾ ਉਹ ਮੂੰਹ ਨਾ ਖੋਲ ਲੈਂਦੀ ਓ ਹੈ ਬਸ ਖੁੱਲ ਗਿਆ ਤੂੰ ਪੁੱਤਰ ਛੁੱਟੀ ਕਰ ਆ ਲੋ ਦੋ ਸਿਲੰਡਰ ਲੈ ਕੇ ਆਏ ਆਪਾਂ ਆ ਵੇਖ ਇੱਕ ਹੈ ਤੇ ਇੱਕ ਹੈ ਸਿੱਖਾਈ ਰਹੀ ਸਾਰੀ ਤੇ ਹੋਰ ਕੀ ਰਹਿ ਗਿਆ ਬਸ ਇਹੀ ਸੀ ਤੋ ਇਹ ਸੀ ਸਾਡਾ ਹੋਲੀ ਦਾ ਸਮਾਨ ਇਹਨਾਂ ਨੂੰ ਵੀ ਰੱਖੋ ਨਾ ਨਾਲ ਹਾਂ ਇਹ ਵੀ ਆ ਤੇ ਇਹਨੂੰ ਵੀ ਰੱਖੋ ਆ ਵਾ ਸਾਡਾ ਸਾਰਾ ਹੋਲੀ ਦਾ ਸਮਾਨ ਤੇ ਹੁਣ ਤੁਸੀਂ ਜਦੋਂ ਹੋਲੀ ਵਾਲਾ ਵਲੌਗ ਵੇਖੋਗੇ ਫਿਰ ਤੁਹਾਨੂੰ ਜ਼ਿਆਦਾ ਮਜ਼ਾ ਆਊਗਾ ਹਲੇ ਤਾਂ ਸਿਰਫ ਸਮਾਨ ਹੈ ਜਦੋਂ ਲੱਗਣਾ ਨਾ ਇੱਕ ਦੂਜੇ ਦੇ ਹਲੇ ਦੋ ਚੀਜ਼ਾਂ ਰਹਿ ਗਈਆਂ ਵਾ ਇੱਕ ਲਿਫਾਫੇ ਰਹਿ ਗਈ ਆ ਤੇ ਇੱਕ ਆਂਡੇ ਦੀ ਟਰੇ ਇੱਕ ਆਂਡੇ ਦੀ ਟਰੇ ਰਹਿ ਗਈ ਆ ਤੇ ਲਿਫਾਫੇ ਤੇ ਲਿਆਣੇ ਲਿਆਣੇ ਕਿਉਂਕਿ ਲਿਫਾਫੇ ਨਾਲ ਜ਼ਿਆਦਾ ਮਜ਼ਾ ਆਉਂਦਾ ਹਾਂ ਤੇ ਇੱਥੇ ਹੁਣ ਕਰਦੇ ਆਪਾਂ ਵਲੌਗ ਦਾ ਐਂਡ ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਚੈਨਲ ਕੀ ਲਾਈਕ ਕਮੈਂਟ ਸ਼ੇਅਰ ਹਾਂ ਇਹ ਤਾਂ ਬੋਲਿਆ ਨਹੀਂ ਸੀ ਹਾਂ ਚੈਨਲ ਨੂੰ ਸਬਸਕ੍ਰਾਈਬ ਵੀ ਤੇ ਇਦਾਂ ਹੀ ਤੁਹਾਨੂੰ ਕੈਂਡ ਵਲੌਗ ਆਉਂਦੇ ਰਹਿਣਗੇ ਤੇ ਥੋੜੀ ਜੀ ਵੇਟ ਹੋਰ ਕਰ ਲਓ ਇੱਕ ਸਰਪ੍ਰਾਈਜ਼ ਵੀ ਆ ਉਹ ਵੀ ਦੱਸ ਦੇ ਇੱਕ ਸਰਪ੍ਰਾਈਜ਼ ਵੀ ਹੈਗਾ ਵਾ ਦੱਸਾਂ ਬਹੁਤ ਜਲਦੀ ਨਹੀਂ ਬਹੁਤ ਜਲਦੀ ਮਿਲ ਗਈ ਸੋ ਅਗਲਾ ਵਲੌਗ ਆ ਲਗਾ ਉਹ ਵੀ ਤੇ ਵੇਟ ਕਰਿਓ ਐਂਡ ਥੈਂਕ ਯੂ ਲਵ ਯੂ